इंडिया लेवल ते मेरे काफ़ी शिगिरद जिहड़े कई नाम करा रहे हैं तो सानू खुशी होंदी है साढ़े चेले बाल के काफ़ी नाम बॉडी बिल्डिंग भी कराया वा जगेश सर ने 9 वारी मेरे को इंडिया चैंपियन बनिया वह भी मेरा यार दोस्त ही है खली साहब वह भी मेरे को कर गया है मेरे खुद को कंपीटिशन लड़ के गए थे बॉडी बिल्डिंग से जिन्ने बॉडी बिल्डर मेरे को तैयार हुए बॉडी बिल्डर मेरा सारी साइड डेड हो गई सी बेटे एक साइड तुहाडी पूरी बिल्कुल डेड हो गई सी मैं बिल्कुल बांह भी लत भी अख भी सब कुछ हो गया डेड ते मैनू किसी ने कहा हिम्मत कर चलिया कर सैर सूर करया कर ते जिम जाया कर तेरा जिम आ खुद मैं जिम चाहता रहा जिम करना शुरू करता हौली हौली डिगदा रहा दो चार हौली डिगया उस तो बाद हौली हौली स्टैमिना बनना शुरू हो गया ਕਾਲ ਜੀ ਮੈਂ ਹਾਂ ਰਾਜੂ ਗੁਪਤਾ ਅੱਜ ਤੁਹਾਨੂੰ ਲੈ ਕੇ ਆਏ ਹਾਂ ਅਸੀਂ ਸਰਵਣ ਸਿੰਘ ਹੋਰਾਂ ਦੇ ਘਰ ਦੇ ਵਿੱਚ ਸਰਵਣ ਸਿੰਘ ਕਬੂਤਰਬਾਜ਼ੀ ਦੇ ਵਿੱਚ ਤਾਂ ਵਰਲਡ ਚੈਂਪੀਅਨ ਹੈਗੇ ਹੀ ਆ ਪਰ ਬਾਡੀ ਬਿਲਡਿੰਗ ਦੇ ਵਿੱਚ ਵੀ ਬੜੇ ਹੀ ਜਾਣੇ ਮਾਨੇ ਨੇ ਡਬਲਯੂ ਡਬਲਯੂ ਈ ਦੇ ਵਿੱਚ ਕਾਫੀ ਜ਼ਿਆਦਾ ਨਾਮ ਕਮਾਉਣ ਵਾਲੇ ਰੈਸਲਰ ਦਾ ਗ੍ਰੇਟ ਖਲੀ ਜਿਨ੍ਹਾਂ ਨੇ ਸਰਵਣ ਸਿੰਘ ਤੋਂ ਸਿੱਖਿਆ ਲਈ ਹੈ ਕਿਵੇਂ ਬਾਡੀ ਬਿਲਡਿੰਗ ਕੀਤੀ ਜਾਵੇ ਕਿਵੇਂ ਉਹਨਾਂ ਨੇ ਆਪਣਾ ਸਰੀਰ ਬਣਾਇਆ ਜੋ ਕਿ ਡਬਲਯੂ ਡਬਲਯੂ ਈ ਦੇ ਵਿੱਚ ਜਾ ਕੇ ਕਾਫੀ ਮਸ਼ਹੂਰ ਹੋਏ ਉਹਨਾਂ ਨੂੰ ਵੀ ਸਰਵਣ ਸਿੰਘ ਹੋਰਾਂ ਨੇ ਸਿਖਾਇਆ ਅਤੇ ਹੋਰ ਵੀ ਕਈ ਪਹਿਲਵਾਨ ਨੇ ਜਾਂ ਫਿਰ ਬਾਡੀ ਬਿਲਡਰ ਨੇ ਜਿਨ੍ਹਾਂ ਨੂੰ ਇਹਨਾਂ ਨੇ ਸਿੱਖਿਆ ਦਿੱਤੀ ਅੱਜ ਤੁਹਾਨੂੰ ਸਰਵਣ ਸਿੰਘ ਦਾ ਦੂਸਰਾ ਭਾਗ ਦਿਖਾਵਾਂਗੇ ਜਿਸ ਨੂੰ ਕਦੀ ਤੁਸੀਂ ਦੇਖਿਆ ਨਹੀਂ ਹੋਵੇਗਾ ਸਰਵਣ ਸਿੰਘ ਹੋਰਾਂ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਪਹਿਲੂ ਵੀ ਹੈ ਕਿ ਜਦੋਂ ਉਹਨਾਂ ਨੂੰ ਪੈਰਾਲਾਈਜ਼ ਹੋਇਆ ਸੀਗਾ ਇੱਕ ਪਾਸਾ ਪੂਰਾ ਪੈਰਾਲਾਈਜ਼ ਹੋ ਗਿਆ ਸੀਗਾ ਅਤੇ ਉਸ ਤੋਂ ਬਾਅਦ ਇਸ ਜਿੰਮ ਨੇ ਹੀ ਉਹਨਾਂ ਨੂੰ ਠੀਕ ਕੀਤਾ ਉਸ ਬਾਰੇ ਵੀ ਤੁਹਾਡੇ ਤੱਕ ਸਾਰੀ ਕਹਾਣੀ ਕੀ ਹੈ ਉਹਨਾਂ ਦੀ ਉਹ ਵੀ ਦੱਸਾਂਗੇ ਅੰਦਰ ਚੱਲਦੇ ਹਾਂ ਅੰਦਰ ਸਰਵਣ ਸਿੰਘ ਨੇ ਕਿਉਂਕਿ ਇਹ ਬਹੁਤ ਪੁਰਾਣਾ ਜਿੰਮ ਹੈ ਇਹਨਾਂ ਦਾ 50 ਤੋਂ 60 ਸਾਲ ਪੁਰਾਣਾ ਜਿੰਮ ਹੈ ਜੇਕਰ ਤੁਸੀਂ ਇਸ ਜਿੰਮ ਦਾ ਸਮਾਨ ਦੇਖੋਗੇ ਤਾਂ ਸਮਾਨ ਇੱਦਾਂ ਦਾ ਸਮਾਨ ਤੁਹਾਨੂੰ ਕਿੱਥੇ ਨਹੀਂ ਮਿਲੇਗਾ ਇਹ ਉਹ ਵੇਟ ਨੇ ਜੋ ਵੇਟ ਇਹ ਤੁਹਾਨੂੰ ਕਿੱਥੇ ਵੀ ਨਹੀਂ ਮਿਲਣਗੇ ਵੇਟ ਸਾਰਾ ਵੇਟ ਦੇਖੋਗੇ ਤੁਸੀਂ ਤਾਂ ਲੋਹੇ ਦਾ ਹੀ ਹੈ ਇਹ ਪਹਿਲਾਂ ਬਣਦੇ ਸੀਗੇ ਲੋਹੇ ਦੇ ਵੇਟ ਕਾਫੀ ਚਿਰ ਪਹਿਲਾਂ 50 ਸਾਲ ਪਹਿਲਾਂ ਬਣਦੇ ਸੀਗੇ ਅਤੇ ਹੁਣ ਬਣਨੇ ਵੀ ਬੰਦ ਹੋ ਗਏ ਨੇ ਐਕਚੁਅਲ ਦੇ ਵਿੱਚ ਜਦੋਂ ਬਾਡੀ ਬਿਲਡਿੰਗ ਹੁੰਦੀ ਸੀ ਤਾਂ ਇੱਦਾਂ ਦੀਆਂ ਚੀਜ਼ਾਂ ਨੂੰ ਲੈ ਕੇ ਬਹੁਤ ਬਾਡੀ ਬਿਲਡਿੰਗ ਹੁੰਦੀ ਸੀ ਇਹ ਟ੍ਰੈਡਮਿਲ ਦੇਖੋ ਤੁਸੀਂ ਟ੍ਰੈਡਮਿਲ ਵੀ ਤੁਹਾਨੂੰ ਬਹੁਤ ਹੀ ਘੱਟ ਦੇਖਣ ਨੂੰ ਮਿਲਣਗੇ ਅਜਿਹੇ ਹਾਲਾਂਕਿ ਪਹਿਲਾਂ ਇੱਦਾਂ ਦੇ ਟ੍ਰੈਡਮਿਲ ਬੜੇ ਮਸ਼ਹੂਰ ਹੁੰਦੇ ਸੀ ਪਰ ਇਸ ਵਕਤ ਹੁਣ ਯੁੱਗ ਬਦਲ ਗਿਆ ਹੈ ਜ਼ਮਾਨਾ ਬਦਲ ਗਿਆ ਹੈ ਇਲੈਕਟ੍ਰੋਨਿਕ ਟ੍ਰੈਡਮਿਲ ਆ ਗਏ ਨੇ ਆਪਣੇ ਹਿਸਾਬ ਦੇ ਨਾਲ ਤੁਸੀਂ ਸਭ ਕੁਝ ਕਰ ਸਕਦੇ ਹੋ ਕਈ ਚੀਜ਼ਾਂ ਬਦਲੀਆਂ ਹੋਈਆਂ ਨੇ ਪਰ ਸਰਵਣ ਸਿੰਘ ਉਹੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਜ਼ਿੰਦਗੀ ਦੇ ਇਸ ਪਹਿਲੂ ਬਾਰੇ ਵੀ ਤੁਹਾਡੇ ਤੱਕ ਜਾਣਕਾਰੀ ਅਸੀਂ ਦੇਵਾਂਗੇ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਥੈਂਕ ਯੂ ਮੈਂ ਜ਼ਰੂਰ ਜਾਣਨਾ ਚਾਹੂੰਗਾ ਪਹਿਲਾਂ ਤਾਂ ਮੈਂ ਇਹ ਜਿੰਮ ਦੇਖ ਕੇ ਬੜਾ ਖੁਸ਼ ਹਾਂ ਤੁਸੀਂ 50 ਸਾਲ ਦੀ ਵਿਰਾਸਤ ਹੱਲੇ ਵੀ ਸਾਂਭੀ ਬੈਠੇ ਹੋ ਅਤੇ ਕੀ ਕੁਝ ਤੁਹਾਡੇ ਜਿੰਮ ਦੇ ਵਿੱਚ ਹੈ ਆਪਾਂ ਬਾਅਦ ਦੇ ਵਿੱਚ ਬਾਕੀ ਗੱਲਾਂ ਕਰਾਂਗੇ ਪਰ ਮੈਨੂੰ ਇਹ ਜ਼ਰੂਰ ਦੱਸੋ ਇਸ ਜਿੰਮ ਦੇ ਵਿੱਚ ਕੀ ਕੁਝ ਹੈਗੀਆਂ ਨੇ ਬੇਟੇ ਇਹਦੇ ਵਿੱਚ ਸਾਰੀਆਂ ਐਕਸਰਸਾਈਜ਼ਾਂ ਬੋਡੀ ਬਿਲਡਿੰਗ ਦੀਆਂ ਟੋਟਲ ਇਹ ਤੋਂ ਲੈ ਕੇ ਪਹਿਲੇ ਨੰਬਰ ਤੋਂ ਐਂਡ ਤੱਕ ਹਰ ਐਕਸਰਸਾਈਜ਼ ਹੈਗੀ ਹੈ ਦੇਖੋ ਪਹਿਲਾਂ ਬੈਂਚ ਪ੍ਰੈਸ ਆ ਜਾਂਦੀ ਹੈ ਮੇਨ ਤਾਂ ਫਿਰ ਉਸ ਤੋਂ ਬਾਅਦ ਆਪਣੀ ਕਰਲਿੰਗ ਰੋਡ ਸਾਰੀਆਂ ਹਰ ਚੀਜ਼ ਦੀਆਂ ਮੇਰੇ ਕੋਲ ਐਕਸਰਸਾਈਜ਼ਾਂ ਟੋਟਲ ਜਿੱਦਾਂ ਸਕੈਡ ਹੈਵੀ ਲਾਉਣੀ ਡੈਡ ਲਿਫਟ ਹੈਵੀ ਲਾਉਣੀ ਪਾਵਰ ਦੇ ਕੰਪੀਟੀਸ਼ਨ ਲੜਨੇ ਉਹ ਵੀ ਮੇਰੇ ਕੋਲ ਆ ਕੋਈ ਮੈਂ ਪਾਵਰ ਦੇ ਕੰਪੀਟੀਸ਼ਨ ਵੀ ਕਰਾਉਂਦਾ ਸੀ ਬੋਡੀ ਬਿਲਡਿੰਗ ਦੇ ਵੀ ਕਰਾਉਂਦਾ ਅਤੇ ਮੇਰੇ ਜਿੰਮ ਤੋਂ ਬੋਡੀ ਬਿਲਡਰ ਵੀ ਬਹੁਤ ਅੱਛੇ ਅੱਛੇ ਨਾਂ ਕਰਾਇਆ ਜਿਨ੍ਹਾਂ ਨੇ ਵਰਲਡ ਲੈਵਲ 'ਤੇ ਉਹ ਵੀ ਉਹਨਾਂ ਦਾ ਵੀ ਨਾਂ ਆ ਅਤੇ ਇੰਡੀਆ ਲੈਵਲ 'ਤੇ ਮੇਰੇ ਕਾਫੀ ਸ਼ਿਗਿਰਦ ਆ ਜਿਹੜੇ ਕਈ ਨਾਂ ਕਰਾ ਰਹੇ ਆ ਅਤੇ ਸਾਨੂੰ ਖੁਸ਼ੀ ਹੁੰਦੀ ਆ ਸਾਡੇ ਚੇਲੇ ਬਾਲ ਕੇ ਕਾਫੀ ਨਾਂ ਬੋਡੀ ਬਿਲਡਿੰਗ 'ਚ ਵੀ ਕਰਾਇਆ ਵਾ ਅਤੇ ਹੁਣ ਵੀ ਦੇਖੋ ਮੇਰੇ ਚੇਲੇ ਕਾਫੀ ਆ ਜਿਹੜੇ ਇਸ ਵੇਲੇ ਪੰਜਾਬ ਪੁਲਿਸ 'ਚ ਭਰਤੀ ਹੋਏ ਆ ਮੈਂ ਕਰਾਏ ਵੀ ਹੋਏ ਆ ਅਤੇ ਕਾਫੀ ਨਾਂ ਮੇਰਾ ਲੈਵਲ ਦੇ ਉੱਪਰ ਹਤਾਈ ਪਹੁੰਚਿਆ ਅਤੇ ਤੁਹਾਨੂੰ ਮੈਂ ਦੱਸਣਾ ਬੋਡੀ ਬਿਲਡਿੰਗ 'ਚ ਅੱਜ ਕੱਲ੍ਹ ਮੇਰਾ ਸ਼ਿਗਿਰਦ ਜਿਹੜਾ ਸੋਮਨਾਥ ਆ ਜਿਹੜਾ ਇੱਕ ਸਟਾਰ ਲੱਗਾ ਆ ਉਹਨਾਂ ਦੇ ਅਤੇ ਉਹ ਵੀ ਪੁਲਿਸ ਦੇ ਵਿੱਚ ਭਰਤੀ ਆ
फिर मनजीत सिंह आ वह भी बॉडी बिल्डर मेरा शिकेर दा, फिर उस तो बाद जगेश सन 9 वरी मेरे को इंडिया चैंपियन बनया, वह भी मेरा यार दोस्त ही है। फिर उस तो बाद अपना है खली साहब, वह भी मेरे को कर गया है, मेरे खुद को कंपीटिशन लड़ के गए थे बॉडी बिल्डिंग के, तो साढ़े ब्रदर बड़े DI से उन्होंने हुक्म किया तो भी आए थे, तो काफ़ी जरा मेरे को बॉडी बिल्डिंग से बड़ा नाम है जी मेरा। अच्छा, तुसी एक खली होरा का जिक्र किया, बड़े मशहूर रैसलर ने, ठीक है, WWE काफ़ी नाम कमाया है, उन्होंने फोटो लगी सी कि तुसी दिखा रहे। हाँ जी हाँ जी, फोटो देखो मेरे को खली साहब दी में लगी हुई है, और देख बेटे खली दी फोटो, और देख प्रेमचंद डोगरा भाजी दी भी, तो ये तुसी देखो द ग्रेट खली जिन्हां नूं असी WWE खली है बेटे, साइड ते विच प्रेमचंद डोगरा वर्ल्ड चैंपियन, ते विच जगेश सन्नन, लवली मुंडा मनजीत सिंह, ते आ मेरियां खुद बॉडी बिल्डिंग दीआं फोटोआं विच लगीआं होईआं पुराणीआं। अच्छा, तुसी काफी यंग ते फिट लग रहे हो उदों हुण भी, तुसी काफी हो, कोई कहेगा नहीं कि तुहानूं पैरालिसिस होया सीगा, इह किवें तुसी इस नूं चेंज किवें कीता, अपनी जिंदगी नूं किवें चेंज कीता? दस रहे सीगे कि दो मैनूं शौक ने बचाया, एक कबूतरबाजी ने ते दूजा इह बॉडी बिल्डिंग ने, इह तुहानूं इह पैरालिसिस किवें होया सी, इह किस्सा की सीगा उह दस्सिओ पहला। बेटी मैनूं पैरालिसिस इदां हो गया सीगा, मेरी बेटी दी मैरिज हो गई सीगी, ते उन्हों ऐसी अंदर शिकायत उठ गई, वो उत्थे 6 महीने सही रही, उस तो बाद जाके उत्थे उहदे अंदर शिकायत उठ गई कोई, ते वो बीमार रहन लग गई, असी बथेरे हॉस्पिटल दिखाया पर हर हॉस्पिटल नहीं वो गल दसदा जिहड़ी अंदर हुंदी है सानू, ते असी एंड जाके बेटे मैनूं वो DMC लुधियाणे पता लगा भी आह प्रॉब्लम आ, ते वो कहिंदे जिहड़ी बीमारी सीगी ना वो बंदे नूं खांदी जांदी है, ते वो मेरी बेटी उत्थे 2 महीने रही हॉस्पिटल DMC लुधियाणे, तो वो डैथ हो गई, तो उस तो बाद मैं सोचन लग गया बहुत, तो बच्चों ने बाहर जाना ही कनेडा, तो हूँ मेरा जवाई कनेडा वा, तो वह बेचारा हाले तक मैरिज नहीं उन्हें कराई, वो कहता मैं कराने नहीं, मेरी जिंदगी जो ही से गुड़ी है जो सी तुहाडी, तो चलो असी उन्हूं बार बार कहने भी अपनी मैरिज करा ला बेटे, हाले लाइफ बहुत लंबी है, तो चलो उस तो बाद मैं अटैक हो गया पैरलस का, मैं बैड पर चला गया, काफ़ी चल रहा बैड के उत्ते, तो मेरा सारी साइड डेड हो गई सी बेटे, एक साइड तो आड़ी पूरी बिल्कुल डेड हो गई सी, मैं बिल्कुल बांह भी लत भी अख भी सब कुछ हो गया डेड, तो मैनू किसी ने कहा हिम्मत कर चलिया कर सैर सूर कराया कर जिम जाया कर तेरा जिम आ खुद, मैं जिम चाहता रहा जिम करना शुरू करता, हौली हौली डिगदा रहा, 2-4 वारी डिगया, उस तो बाद हौली हौली स्टैमिना बनना शुरू हो गया, तो हूँ मैं फिर क्विंटल की बैंपर हिलाना जो हूँ मेरे शिगिरद जे इस वे नाम वॉक करा रहे हैं। अच्छा बिल्कुल, मैं एक तस्वीर जरूर एक खास दिखाऊंगा, ये तुसी ये बॉडी बिल्डर की तस्वीर देखो, ये जिन्हें भी ने सारे सरवण जी तो सीख के गए ने, इन सारे ने ही सरवण जी तो ही सीखे लई है, तो काफ़ी हूँ नाम कमा रहे हैं, तो एक खास तस्वीर ये भी देखो, ये कौन ने तुसी जरूर एक बार कमेंट सैक्शन के दस्यो, ये भाजी कौन ने? हैनरी भाजी। अच्छा आज लो एक्सरसाइज करन दे। अच्छा हैनरी भाजी आए सीगे तुहाडे कोल, इधर आ जाओ मेरे एक उस्ताद जी वर्ल्ड चैंपियन। अच्छा प्रेमचंद डोगरा। अच्छा जिन्हां दी मैं शिक्षा लिती, जिन्हां तों मैं भी बॉडी बिल्डिंग च नाम बहुत कमाया, आ मेरा शिकिरद अजकल नाम बहुत कमा रहा सोमनाथ, अज गेस सानन 9 वारी इंडिया चैंपियन, फिर होर आ जाओ, वो देखो किन्ने बॉडी बिल्डर घुमन, ये मेरे वड्डे ब्रदर DIG दसदार दविंदर सिंह गरचा है मेरे ब्रदर दा। अच्छा अच्छा ओलंपिक हाकी खेड दे जित के आए हुए है 80 ते। अच्छा। ते आ डॉक्टर दी जे डेथ हो गई है जिन्हां को बॉडी बिल्डिंग लोगों ने बहुत सीखी है, आ जदों मैनूं कबूतर वाई च वार दे रहे हैं गोरे अंग्रेज, ते आप देखो ये मेरे फिर घूमण साहब आ गए, आ देखो कैप्टन साहब सिरे आ केड़ा एक्टर आ फिल्मी एक्टर वह भी खड़ा बिच, आ सारे देखो जिन्ने आ सारे है जिन्हें बॉडी बिल्डर मेरे को तैयार हुए हैं बॉडी बिल्डर। अच्छा मतलब काफ़ी बॉडी बिल्डर थोड़े को आके तैयार हो चुके ने। अच्छा मैं ये जरूर दसो हूँ आप गल करते है प्रधानमंत्री जरा मैं वार्ड दे रहे। अच्छा आई के गुजराल। अच्छा अच्छा ਤੁਸੀਂ ਮਤਲਬ ਕਾਫੀ ਨਾਮ ਤੁਸੀਂ ਕਮਾਇਆ ਹੈ ਬਹੁਤ ਜੀ ਬਹੁਤ ਨਾਮ ਕਮਾਇਆ ਜੀ ਇਹਦੇ ਵਿੱਚ ਵੀ ਮੈਂ ਕਬੂਤਰਬਾਜੀ ਦਾ ਤੁਹਾਡਾ ਬੜਾ ਸੁਣਿਆ ਸੀਗਾ ਤੁਸੀਂ ਹਾਂਜੀ ਹਾਂਜੀ ਕਬੂਤਰਬਾਜੀ ਚ ਮੈਂ ਨਾਮ ਬਹੁਤ ਕਮਾਇਆ ਵਾ ਵਰਲਡ ਚੈਂਪੀਅਨ ਰਹੇ ਹਾਂ ਪਰ ਹਾਂਜੀ ਹਾਂਜੀ ਇਹ ਤੁਹਾਡਾ ਮੈਂ ਦੂਸਰਾ ਪਹਿਲੂ ਦੇਖ ਰਿਹਾ ਵਾਂ ਕਿ ਤੁਸੀਂ
इस तरफ पक्षों भी हैगे हो, तुसी कई नामी बॉडी बिल्डर जिहड़ा है वो सारा कुछ सिखाया हैगा वा। अच्छा ये तुसी कदों खोलिया सीगा जिम, कदों खोलिया सीगा, ये शुरुआत ही जिम खोलिया या फिर कबूतरबाजी तो बाद तुहाडा होया? नहीं बेटे, पहला तो चलो कबूतरां दा शौक सीगा बेटे मैनूं, नाल ते नाल जिम दा भी सीगा शुरू तो ही, ते जिम ते अपना इत्थे नहीं खोलिया सीगा, लाडो रोड ते ना बाणिया बगीची है। अच्छा उत्थे मैं ट्रेनिंग दिंदा हुंदा सी मुंडिआं नूं, उत्थे एक्सरसाइज करदा हुंदा सी, बाणिया बगीची बहुत मशहूर है, उत्थे मैं करदा रहा, उत्थे लड़ाई झगड़ा हो गया, वह बाड़ियां बगीची बंद हो गई, फिर मैं क्या अपना मैं जिम क्यों ना खोलना, फिर मेरी डेयरी फार्म से डेयरी फार्म मैं खत्म किया, अपना जिम खोलिया, ते इहदे तो मुंडे काफी बॉडी बिल्डर मेरे भर्ती हुए पुलिस च और रेलवे च होए, ते मैनूं खुशी है जे मेरे बच्चे इन्ना ना करा रहे आ ते ना कमा रहे आ, बॉडी बिल्डिंग च भी ना कमाया, ते देखो हर नेता मैनूं आ बॉडी बिल्डिंग दे विच, तुहानूं देख लो जे प्रेमचंद डोगरा जी बैठे। अच्छा ये सारे नेता हैगे ने जिहड़े तुहाडे कोल? आ करतार सिंह पहलवान जिहड़ा वर्ल्ड चैंपियन। अच्छा इच तुहानूं मेरे को टॉप दे टू है प्रेमचंद डोगरा वर्ल्ड चैंपियन। अच्छा अच्छा काफी लोग इत्थे आए ने इस जगह दे उत्ते। अच्छा मैनूं बड़ी एक तां कह लो मैं देख के बड़ा खुश हो रहा वा, क्योंकि ये जो समान तुसी सामी बैठे हो मैनूं नहीं लगता हुण कित्थे मिल रहे होणगे। अच्छा एक मैनूं ये जरूर दसो हुण भी लोकी आ रहे ने तुहाडे कोल सिखाउण? हांजी हांजी बेटे, हले भी शाम नूं रौनक लगी हुंदी आ, चहल पहल हुंदी शाम नूं, मैं थल्ले हुंदा आप एक्सरसाइज करदा नाल मुंडिआं नूं दसदा। अच्छा किन्नी ते मेरे को ये भी बेटे गल सुण, कई सिंगर भी आंदे आ, अच्छा कई कमेडियन कलाकार भी आ जिन्हां नां कमाया, डिप्टी राजा, अच्छा दीपक राजा, अच्छा ये भी मेरे को करके गया, फिर वो अपना बंबे चल गया, चलो वही कमेडियन कलाकार वो भी उत्थे मेरे को करता रहा, घुग्गी भाजी भी आंदे रहे। अच्छा फिर काफी मेरे को कॉमेडी कलाकार आए है। अच्छा एक मैनू जरूर दस्सियो जिवें तुसी हुण भी रन कर रहे हो इस जिम नूं, की फीस की रखी है, पहला वाली फीस है या फिर बताइए? नहीं बेटे सिर्फ फीस मेरी नेचुरल थोड़ी है, 500 रुपया मैं फीस लेना सिर्फ, 500 रुपया हां अजकल 1000 रुपया फीस लेना लोकी। अच्छा। मैं 500 रुपया क्यों लेना, मेरा पुराना जिम आ तार के लेना बेटे, मेरा ओरिजिनल जिहड़ा वेट आ लोहे दा वा, हार्ड लोहा जिहड़ा कहिंदे आ ओरिजिनल लोहा, ओहदे नाल घुलना पैंदा ते फिर शरीर बनदा। बिल्कुल बिल्कुल, तां तस्वीर ਤੁਹਾਨੂੰ ਅੱਜ ਸਰਵਨ ਸਿੰਘ ਹੋਰਾਂ ਦੇ ਜਿੰਮ ਦੀ ਕਰਾ ਰਹੇ ਹਾਂ, ਤੁਸੀਂ ਸਮਾਨ ਦੇਖੋ, ਇਹ ਮੈਂ ਦੇਖ ਰਿਹਾ ਡੰਬਲ ਦੇਖ ਰਿਹਾ ਵਾ, ਇਹ ਲੋਹੇ ਦੇ ਡੰਬਲ ਨੇ? ਬਿਲਕੁਲ ਬਿਲਕੁਲ ਓਰੀਜਨਲ ਡੰਬਲ ਲੋਹੇ ਦੇ, ਅੱਜ ਕੱਲ੍ਹ ਨਹੀਂ ਮਿਲਦੇ ਉਹ ਜੇ। ਅੱਛਾ ਬਹੁਤ, ਤੁਸੀਂ ਇਹ ਦੇਖੋ ਡੰਬਲ, ਇਹ ਸਾਰੇ ਡੰਬਲ ਜਿਹੜੇ ਨੇ ਉਹ ਲੋਹੇ ਦੇ ਨੇ, ਇਹ ਤੁਹਾਨੂੰ ਡੰਬਲ ਬਹੁਤ ਹੀ ਘੱਟ ਦੇਖਣ ਨੂੰ ਮਿਲਣਗੇ ਜੇਕਰ ਮੈਂ ਗੱਲ ਕਰਾਂ ਇਹਨਾਂ ਡੰਬਲਾਂ ਦੀ ਜਾਂ ਫਿਰ ਇਹ ਲੋਹੇ ਦੇ ਸਮਾਨ ਦੀ। ਹੁਣ ਤਾਂ ਚਲੋ ਪਲਾਸਟਿਕ ਦੇ ਕਾਫੀ ਚੀਜ਼ਾਂ ਬਣਦੀਆਂ ਨੇ, ਰਬੜ ਦੀਆਂ ਕਈ ਚੀਜ਼ਾਂ ਬਣਦੀਆਂ ਨੇ, ਪਰ ਜੋ ਪਹਿਲਾ ਜਿਮ ਹੁੰਦਾ ਸੀਗਾ ਜਾਂ ਫਿਰ ਪਹਿਲਾਂ ਜੋ ਲੋਕ ਕਰਦੇ ਸੀਗੇ ਉਹ ਇਹਨਾਂ ਹੀ ਲੋਹੇ ਦੇ ਡੰਬਲਾਂ ਦੇ ਨਾਲ ਜਾਂ ਫਿਰ ਵੇਟ ਦੇ ਨਾਲ ਸਾਰਾ ਕੁਛ ਕਰਦੇ ਸੀਗੇ। ਤਾਂ ਸਰਵਨ ਸਿੰਘ ਹੋਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਈ ਹੈ, ਜੇ ਇਹਨਾਂ ਦਾ ਦੂਸਰਾ ਪਹਿਲੂ ਕੀ ਸੀਗਾ ਉਹ ਵੀ ਤੁਹਾਨੂੰ ਦਿਖਾਇਆ, ਹਾਲਾਂਕਿ ਤੁਸੀਂ ਇਹਨਾਂ ਦਾ ਨਾਂ ਕਬੂਤਰਬਾਜ਼ੀ ਦੇ ਵਿੱਚ ਤਾਂ ਬਹੁਤ ਸੁਣਿਆ ਹੋਵੇਗਾ ਕਿ ਵਰਲਡ ਦੇ ਵਿੱਚ ਟੌਪ ਦੇ ਖਿਡਾਰੀ ਰਹੇ ਨੇ, ਵਰਲਡ ਚੈਂਪੀਅਨ ਰਹੇ ਨੇ, ਪਰ ਅੱਜ ਤੁਸੀਂ ਇਹਨਾਂ ਦੇ ਦੂਸਰੇ ਰੂਪ ਨੂੰ ਦੇਖਿਆ ਹੈ, ਬਿਲਕੁਲ ਕੁਛ ਦਿਖਾਉਣਾ ਵੀ ਚਾਹ ਰਹੇ ਨੇ, ਇਹ ਤੁਸੀਂ ਦੇਖੋ ਅੱਜ ਆਈ ਜੋਗਰ ਜਿਹੜੇ ਹੁੰਦੇ ਆ ਦੌੜਨ ਲਈ। ਅੱਛਾ ਕੋਈ ਮਸ਼ੀਨ ਵਾਲੀ ਨਹੀਂ ਹੈ, ਕੋਈ ਮੋਟਰ ਨਹੀਂ ਗੀ, ਆਪ ਤੁਰਨਾ ਪੈਂਦਾ, ਉਹਦੇ ਨਾਲ ਸਰੀਰ ਬਣਦਾ। ਅੱਛਾ ਜੇ ਓਰੀਜਨਲ ਸਰੀਰ ਬਣਾਉਣਾ ਤੇ ਇਦਾਂ ਬਣਦਾ ਵਾ, ਮਸ਼ੀਨ ਮੋਟਰ ਲਾ ਕੇ ਕੁਛ ਨਹੀਂ ਬਣਦਾ, ਕੋਈ ਸਰੀਰ ਨਹੀਂ ਘੜਦਾ। ਆ ਦੇਖ ਲਓ ਮੇਰੀ 60 ਸਾਲ ਦੀ ਉਮਰ ਚੁੱਕ ਹੋਣ ਲੱਗੀ ਹੈ ਤੇ ਮੈਂ ਹਾਲੇ ਵੀ ਫਿੱਟ ਹਾਂ, ਜਿਹਨੂੰ ਇੱਕ ਪੈਰਲਸ ਅਟੈਕ ਹੋ ਜਾਏ ਉਦਾਂ ਹੀ ਬੰਦਾ ਖਤਮ ਹੋ ਜਾਂਦਾ। ਬਿਲਕੁਲ ਬਿਲਕੁਲ, ਸ਼ੁਕਰੀਆ ਜੀ ਤੁਸੀਂ ਸਮਾਂ ਦਿੱਤਾ। ਤਾਂ ਸਰਵਣ ਸਿੰਘ ਨੇ ਜਿਹਨਾਂ ਦਾ ਦੂਸਰਾ ਪਹਿਲੂ ਤੁਹਾਡੇ ਤੱਕ ਅੱਜ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਜਿੱਥੇ ਇਹਨਾਂ ਨੇ ਕਬੂਤਰਬਾਜ਼ ਤਾਂ ਬੜੇ ਤਿਆਰ ਕੀਤੇ ਨੇ, ਉੱਥੇ ਹੀ ਬਾਡੀ ਬਿਲਡਰ ਵੀ ਕਈ ਤਿਆਰ ਕੀਤੇ ਹੋਏ ਨੇ ਜਿਹਨਾਂ ਦੇ ਨਾਂ ਤੁਹਾਨੂੰ ਅਸੀਂ ਦੱਸਿਆ। ਕੈਮਰਾ ਪਰਸਨ ਪੰਕਜ ਦੇ ਨਾਂ ਰਾਜੂ ਗੁਪਤਾ, ਜਲੰਧਰ।